70 ਤੋਂ ਵੱਧ ਹਾਥੀਆਂ ਨੇ ਫਸਲ ਕੀਤੀ ਤਬਾਹ। ਓਡੀਸ਼ਾ ਦੇ ਮਾਯੂਰ ਭੰਜ ਪਿੰਡ ਵਿੱਚ 70 ਤੋਂ ਵੱਧ ਹਾਥੀਆਂ ਨੇ ਹੰਗਾਮਾ ਮਚਾਉਂਦਿਆਂ 20 ਏਕੜ ਤੋਂ ਵੱਧ ਦੀ ਫਸਲ ਤਬਾਹ ਕਰ ਦਿੱਤੀ ਹੈ। ਇਹ ਹਾਥੀ ਝਾਰਖੰਡ ਦੇ ਜੰਗਲਾਂ ਤੋਂ ਇੱਥੇ ਪੁੱਜੇ ਹਨ। ਜੰਗਲ ਵਿਭਾਗ ਵੱਲੋਂ ਇਹਨਾਂ ਹਾਥੀਆਂ ਨੂੰ ਭਜਾਉਣ ਦੀ 2 ਦਿਨਾਂ ਤੋਂ ਕੋਸ਼ਿਸ਼ ਕੀਤੀ ਜਾ ਰਹੀ ਹੈ।